ਵਾਲੀਆਂ ਸਨ ਉਹਦੇ ਲਈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਤਜ਼ਾਮ ਹੋ ਗਿਆ ਅਤੇ ਬਾਕੀ ਇੱਥੇ ਰਹਿੰਦੇ ਹਾਂ। ਕੋਈ ਵੀ 3 ਵਾਰੀ ਮੈਡੀਕਲ ਚੈੱਕਅਪ ਹੋਇਆ ਕਾਰਪੋਰੇਸ਼ਨ ਦੀ ਤਰਫ ਸੇ, ਕਮਿਸ਼ਨਰ ਸਾਹਿਬ ਖੁਦ ਆਏ, ਸਾਰੇ 4-4-5-5 ਟੀਮਾਂ ਲੱਗੀਆਂ ਰਹੀਆਂ, ਪੱਲੇ ਪੱਲੇ ਰੂਪ ਦੇ ਵਿੱਚ ਜਾ ਕੇ ਯਾਤਰੂਆਂ ਦੀ ਚੈੱਕਅਪ ਹੋਇਆ, ਕੋਈ ਵੀ ਸ਼ਿਕਾਇਤ ਨਹੀਂ ਪਾਏਗੀ। ਬਾਕੀ ਰਸਤੇ 'ਚ ਜਾਂਦੇ ਹਾਂ ਹਵਾ ਕਾਰਨ, ਗਰਮੀ ਕਾਰਨ, ਕਈ ਕਾਰਨ ਹੋ ਸਕਦੇ ਆ, ਅਤੇ ਉਹਨੂੰ ਇਹਦੇ ਨਾਲ ਨਾ ਜੁਆਇਨ ਕਰਦੇ ਹੋਏ ਆਪਾਂ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਬੇਨਤੀ ਜਾਂ ਬੇਅਦਬੀ ਬਾਰੇ, ਗੁਰਦੁਆਰਾ ਲੰਗਰ ਸਾਹਿਬ ਦੀ ਬੇਨਤੀ ਬੇਅਦਬੀ ਬਾਰੇ ਕਿਸੇ ਵੀ ਚੈਨਲ ਵੀਰ ਨੇ, ਚੈਨਲ ਵਾਲੇ ਵੀਰ ਨੇ ਜਾਂ ਅਖਬਾਰਾਂ ਵਾਲਿਆਂ ਨੇ ਜਾਂ ਮੋਬਾਈਲਾਂ ਵਾਲਿਆਂ ਨੇ ਭੁੱਲ ਕੇ ਵੀ ਇਹ ਗਲਤੀ ਨਹੀਂ ਕਰਨੀ। ਬਾਕੀ ਜਿਹੜਾ ਵੀ ਇਸ ਤਰ੍ਹਾਂ ਕਰੇਗਾ, ਗਲਤ ਇਸਤੇਮਾਲ ਕਰੇਗਾ, ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜਾਣਨ ਅਤੇ ਉਹ ਜੀਵ ਜਾਣੇ। ਬਾਕੀ ਕਿਸੇ ਨੇ ਵੀ ਹੱਥ ਜੋੜ ਕੇ ਬੇਨਤੀ ਆ, ਕਿਸੇ ਨੇ ਵੀ ਕੋਈ ਗਲਤ ਮੋਬਾਈਲਾਂ ਦੇ ਵਿੱਚ ਅਜੇ ਹਰਕਤਬਾਜ਼ੀ ਨਹੀਂ ਕਰਨੀ, ਚੈਨਲ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਹੀ ਇਹੋ ਹੀ ਬੇਨਤੀ ਆ, ਬਿਲਕੁਲ ਇਹਨਾਂ ਨੂੰ ਸੰਕੋਚ ਰੱਖਣਾ ਵਾ। ਅੱਜ ਸਮਾਂ ਬਹੁਤ ਜ਼ਿਆਦਾ ਮੀਡੀਆ ਦਾ ਵਾ, ਮੋਬਾਈਲਾਂ 'ਚ ਕੁਝ ਤਾਂ ਕੁਝ ਪਾਈ ਜਾਂਦੇ, ਚੈਨਲਾਂ 'ਚ ਕੁਝ ਤਾਂ ਕੁਝ ਵਿਖਾਈ ਜਾਂਦੇ ਆ। ਬਾਕੀ ਸਤਿਗੁਰਾਂ ਦੀ ਕਿਰਪਾ ਵਾ, ਸਾਰੀ ਗੁਰੂ ਕੀ ਸੰਗਤ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਗੁਰਦੁਆਰਾ ਲੰਗਰ ਸਾਹਿਬ ਕਿਸੇ ਵੀ ਪ੍ਰਕਾਰ ਦੀ ਕਿਸੇ ਕੋਈ ਸ਼ਿਕਾਇਤ ਨਹੀਂ ਪਾਏਗੀ, ਨਾ ਕਿਸੇ ਨੂੰ ਕੋਈ ਬਿਮਾਰੀ ਦੀ ਸ਼ਿਕਾਇਤ ਕਰੋਨਾ ਦੀ। ਅਤੇ 3 ਵਾਰੀ ਮੈਡੀਕਲ ਚੈੱਕਅਪ ਹੋਇਆ ਵਾ, ਸਾਰੀ ਗੁਰੂ ਕੀ ਸੰਗਤ ਸਹੀ ਸਲਾਮਤ ਪਾਏਗੀ ਆ। ਇਹਦੇ ਲਈ ਦੁਬਾਰਾ ਫਿਰ ਅਸੀਂ ਬੇਨਤੀ ਕਰਦੇ ਹਾਂ, ਕਿਸੇ ਨੇ ਵੀ ਭੁੱਲ ਕੇ ਇਹੋ ਜਿਹੀ ਅਵਗਿਆ ਨਹੀਂ ਕਰਨੀ, ਨਾ ਮੋਬਾਈਲਾਂ 'ਚ, ਨਾ ਚੈਨਲਾਂ 'ਤੇ, ਨਾ ਟੀਵੀਆਂ 'ਤੇ, ਨਾ ਅਖਬਾਰਾਂ 'ਚ, ਨਾ ਪੇਪਰਾਂ 'ਚ। ਇਹ ਭੁੱਲ ਕੇ ਵੀ ਆਪਾਂ ਗੁਰੂ ਘਰ ਦੀ ਬਦਨਾਮੀ ਨਹੀਂ ਕਰਨੀ, ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ। ਇਹਦੀ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ ਆ, ਆਪਾਂ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਆਲ ਵਰਡ ਦੇ ਵਿੱਚ ਆਪ ਜੀ ਦੇ ਦਰਾਂ ਘਰਾਂ ਦੇ ਦਰਵਾਜ਼ੇ ਅਤੇ ਆਪ ਜੀ ਦੀਆਂ ਸੰਗਤਾਂ ਦੇ ਰਸਤੇ ਆਉਣ ਜਾਣ ਦੇ ਖੁੱਲ ਜਾਣ, ਗੁਰੂ ਘਰ ਸੰਗਤਾਂ ਦੀ ਮਹਾਰਾਜ ਪਾਤਸ਼ਾਹ ਵਜਾਈ ਸ਼ੁਰੂ ਹੋ ਜਾਏ ਸਾਰੇ ਅਸਥਾਨਾਂ 'ਤੇ। ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਸਾਰਿਆਂ ਨੇ ਪ੍ਰਵਾਨ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। For more news updates and entertainment videos, please subscribe our channel. For all latest notification, don't forget to press the bell icon.